ਪੰਜਾਬ ਵਿੱਚ 3-4 ਦਿਨਾਂ ਤੋਂ ਪੈ ਰਹੀ ਗਰਮੀ ਦੇ ਨਾਲ ਜਿੱਥੇ ਲੋਕਾਂ ਨੂੰ ਕਈ ਥਾਈਂ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਜੇਕਰ ਪਟਿਆਲਾ ਅਤੇ ਉਸਦੇ ਨਜ਼ਦੀਕੀ ਖੇਤਰਾਂ ਦੀ ਗੱਲ ਕਰੀਏ ਤਾਂ ਉੱਥੇ ਹੜ੍ਹ ਦਾ ਖਤਰਾ ਬਣਿਆ ਹੋਇਆ। ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਦਾਅਵੇ ਕਰ ਰਿਹਾ, ਪਰ ਪਹਾੜਾਂ ਦੇ ਵਿੱਚ ਪੈ ਰਹੀ ਬਾਰਿਸ਼ ਦੇ ਕਾਰਨ ਘੱਗਰ ਦੇ ਪਾਣੀ ਦਾ ਪੱਧਰ ਵਧਣ ਦੇ ਚੱਲਦਿਆਂ ਪਾਣੀ ਸੜਕਾਂ ਤੇ ਵਹਿਣ ਲੱਗ ਪਿਆ, ਜਿਸ ਕਾਰਨ ਕਈ ਪਿੰਡਾਂ ਦਾ ਸੰਪਰਕ ਸਨੌਰ ਅਤੇ ਪਟਿਆਲਾ ਤੋਂ ਟੁੱਟ ਚੁੱਕਿਆ। ਪਟਿਆਲਾ ਵਿੱਚ ਨਦੀ ਦਾ ਪਾਣੀ ਦਾ ਪੱਧਰ ਵਧਣ ਨਾਲ ਰਿਹਾਇਸ਼ੀ ਇਲਾਕੇ ਪਾਣੀ ਦੀ ਚਪੇਟ ਵਿੱਚ ਆ ਗਏ ਨੇ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੀ ਅਨਾਊਂਸਮੈਂਟ ਕਰਵਾ ਦਿੱਤੀ ਗਈ ਹੈ। ਮੇਰਾ ਨਾਮ ਆਸ਼ੂ ਮਲਿਕ ਗੋਤਾ ਹੋਰ ਸਰ, ਡੀਸੀ ਸਾਹਿਬ ਤੇ SDM ਦਫ਼ਤਰ ਤੋਂ ਸਾਨੂੰ ਕੋਲ ਆਈ ਸੀ ਕਿ ਵੀ ਐਂ ਕਰਕੇ ਨਾ ਬਈ ਜਿਹੜੀ ਆਪਣੀ ਨਦੀ ਹੈ ਖਤਰੇ ਦੇ ਨਿਸ਼ਾਨ ਤੋਂ ਬਾਹਰ ਜਾ ਰਹੀ ਹੈ ਅਤੇ ਗੋਤਾਖੋਰ ਦੀ ਹੈਲਪ ਚਾਹੀਦੀ ਹੈ, ਅਤੇ ਮੈਂ ਆਪਣੀ ਟੀਮ ਲੈ ਕੇ ਮੌਕੇ 'ਤੇ ਹੁਣ ਪਹੁੰਚ ਗਿਆ। ਹੁਣ ਅੰਦਰ ਰਾਊਂਡ ਵਗੈਰਾ ਕਰਕੇ ਅੰਦਰ ਦੀ ਸਥਿਤੀ ਵੈਸੇ ਤਾਂ ਠੀਕ ਹੈ, ਬਾਕੀ ਕੁਛ ਬੱਚੇ ਬੁੱਚੇ ਕੁਛ ਬਜ਼ੁਰਗ ਨੇ ਜਿਹੜੇ ਛੱਤ ਦੇ ਉੱਤੇ ਬੈਠੇ ਹੋਏ ਨੇ ਵਿਚਾਰੇ ਹਲੇ, ਉਹਨਾਂ ਨੂੰ ਆਪਾਂ ਨੇ ਅਲਰਟ ਕਰ ਦਿਆ ਬਈ ਹੋ ਸਕਦਾ ਬਰਸਾਤ ਤੇਜ਼ ਹੈ, ਪਾਣੀ ਵੱਧ ਵੀ ਸਕਦਾ, ਤੁਸੀਂ ਬਾਹਰ ਆ ਜਾਓ। ਪਰ ਕੋਈ ਆਪਣਾ ਮਕਾਨ ਛੱਡਣ ਨੂੰ ਤਿਆਰ ਨਹੀਂ ਕਿ ਉਹਨਾਂ ਦੇ ਆਪਣੇ ਆਪ ਦੇ ਮਕਾਨ ਨੇ, ਦੁੱਖ ਤਕਲੀਫ ਹੋ ਰਿਹਾ ਉਹਨਾਂ ਨੂੰ ਕਿ ਵੀ ਇੰਨੀ ਮਿਹਨਤ ਨਾਲ ਮਕਾਨ ਬਣਾਏ, ਮਕਾਨ ਜਿਹੜੇ ਲਗਭਗ ਡੁੱਬ ਚੁੱਕੇ ਨੇ ਜਿਹੜੇ ਹੈਗੇ ਪਾਣੀ ਦੇ ਨਾਲ, ਘੱਟ ਤੋਂ ਘੱਟ ਵੀ ਅੰਦਰ 70-80 ਮਕਾਨ ਹੈਗੇ ਜਿਹੜੇ ਬਿਲਕੁਲ ਪਾਣੀ ਦੇ ਅੰਦਰ ਜਲਮਗਨ ਹੋ ਗਏ, ਔਰ 100-150 ਮਕਾਨ ਹੈਗੇ ਜਿਨ੍ਹਾਂ 'ਚ ਪਾਣੀ 4-4, 3-3 ਫੁੱਟ ਪਾਣੀ ਹੈਗਾ। ਘੱਟੋ ਘੱਟ ਇਹ 1:30 ਵਜੇ ਪਾਣੀ ਆਇਆ ਜੀ, ਇਹ 1:30 ਵਜੇ ਪਾਣੀ ਆਇਆ, ਅਤੇ ਸਾਨੂੰ ਕੋਈ ਅਲਰਟ ਨਹੀਂ ਕੀਤਾ ਗਿਆ, ਨਾ ਸਾਨੂੰ ਕੋਈ ਇਤਲਾਹ ਦਿੱਤੀ ਗਈ ਵੀ ਅਸੀਂ ਪਾਣੀ ਛੱਡ ਰਹੇ ਹਾਂ ਜਾਂ ਕਿਆ ਕੁਛ, ਇਹੋ ਜਿਹਾ ਸਿਸਟਮ ਬਣਾਇਆ ਗਿਆ, ਅਤੇ ਜਿਹਦੇ ਵਿੱਚ ਕਿ ਉਹ ਇੱਕ ਲਖਤ ਪਾਣੀ ਆਉਣ ਕਰਕੇ ਜੀ ਸਾਰੇ ਸਾਡੇ ਜਿਹੜੇ ਬੱਚੇ ਸੀ ਜਿਹੜੇ ਸਾਡੇ ਘਰ ਸੀਗੇ ਸਾਰੇ ਪਾਣੀ ਦੇ ਵਿੱਚ ਜਲਮਗਨ ਹੋਏ ਹੋਏ ਹੈ ਜੀ। ਅਤੇ ਉਸ ਤੋਂ ਬਾਅਦ ਕੀ ਹੈ ਜੀ, ਪ੍ਰਸ਼ਾਸਨ ਹੁਣ ਆਏ ਸਾਡੇ ਕੋਲ, ਹੁਣ ਪੁੱਛਣ ਲੱਗੇ ਹੈ ਵੀ ਤੁਹਾਡੇ ਉਰੇ ਹੋਇਆ ਕੀ ਹੈ, ਅਸੀਂ ਕਿਹਾ ਵੀ ਰਾਤ ਦਾ ਉਰੇ ਪਾਣੀ 1:30 ਵਜੇ ਦਾ ਉਰੇ ਜਲਮਗਨ ਸਾਰਾ ਹੋਇਆ, ਤੁਸੀਂ ਆਪ ਦੇਖ ਸਕਦੇ ਹੋ। ਇਸ ਮੌਕੇ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੰਗਰ ਦੇ ਪ੍ਰਬੰਧ ਲੋਕਾਂ ਲਈ ਕੀਤੇ ਗਏ, ਨਾਲ ਹੀ ਲੋਕਾਂ ਨੂੰ ਦੇਵੀਗੜ੍ਹ ਦੇ ਕੋਲ ਪੈਲਸ ਵਿੱਚ ਜਾਣ ਲਈ ਕਿਹਾ ਗਿਆ, ਜਿੱਥੇ ਖਾਣ ਅਤੇ ਦਵਾਈਆਂ ਦਾ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤਾ ਗਿਆ। ਪਾਣੀ ਭਰਿਆ ਜੀ, ਬੜੀ ਨਦੀ ਹਲਕਾ ਸਾ ਜੋ ਹੈ ਯਹਾਂ ਪਰ ਆਪ ਦੇਖੇਂਗੇ ਆਪਣੇ ਲੇਵਲ ਤੋਂ ਉੱਪਰ ਹਟ ਕੇ ਜੋ ਹੈ ਰਿਹਾਇਸ਼ੀ ਇਲਾਕੋ ਮੇਂ ਪਾਣੀ ਘੁਸ ਗਿਆ, ਬਾਰਿਸ਼ ਕਾਫੀ ਹੋ ਰਹੀ ਔਰ ਬਾਰਿਸ਼ ਹਮੇ 7-8 ਦਿਨ ਤੱਕ ਵੀ ਹੋਗੀ, ਇਸਕੋ ਚਲਤੇ ਹਮ ਲੋਗ ਨੇ ਇਵੈਕੁਏਸ਼ਨ ਪਲਾਨ ਇੱਕ ਐਗਜ਼ਿਸਟ ਕਰਾਇਆ ਗੁਰਦੁਆਰਾ ਕੁਛ ਪੈਲੇਸਿਸ ਵਗੈਰਾ ਮੇਂ, ਜੋ 250 ਫੈਮਿਲੀਜ਼ ਹੈ ਅਭੀ ਹਮਾਰੇ ਪਾਸ ਐਗਜ਼ੈਕਟ ਡੇਟਾ ਨਹੀਂ ਪਰ 250 ਫੈਮਿਲੀਜ਼ ਹੈ, 1000 ਕੇ ਆਸ ਪਾਸ ਬੰਦੇ ਹੈ ਇਨਕਮ ਸ਼ਿਫਟ ਕਰੇਂਗੇ ਸਪੈਸ਼ਲੀ ਬੱਚੋ ਕੇ ਲਈ, ਕਿਉਂਕਿ ਕੱਲ ਕੋਈ ਖੜਾ ਪਾਣੀ ਜੋ ਹੈ ਡਿਜ਼ੀਜ਼ ਆਊਟਬ੍ਰੇਕ ਕਰਤਾ, ਫਲੱਡ ਸੇ ਜ਼ਿਆਦਾ ਬੱਚੇ ਔਰ ਜੋ ਔਰਤਾਂ ਉਨਕੇ ਜੋ ਹੈ ਜੋ ਸੁਰੱਖਿਆ ਉਹ ਹਮਾਰੇ ਲਿਆ, ਬਾਕੀ ਡਰੇਨੇਜ ਡਿਪਾਰਟਮੈਂਟ ਐਡਮਿਨਿਸਟ੍ਰੇਸ਼ਨ ਪੁਲਿਸ ਹਮ ਇਕੱਠੇ ਹੈ, ਜਹਾਂ ਵੀ ਕੋਈ ਦਿੱਕਤ ਹੈ ਜੀ ਵੀ ਆਰ ਰੈਡੀ ਵੀ ਅਵੇਲੇਬਲ 24 ਆਵਰਸ। ਸਰ ਬਸਤੀ ਕੋ ਲੋਕੋ ਕਾ ਕਹਿਣਾ ਹੈ ਹਮੇ ਕੋਈ ਅਲਰਟ ਨਹੀਂ ਦਿਆ ਗਿਆ ਔਰ ਨਾ ਹੀ ਕੋਈ ਇੰਤਜ਼ਾਮ ਕੇ ਵੀ, ਕਈ ਵਾਰ ਹਮਨੇ ਕਈ ਸਾਲ ਬਾਅਦ ਇਸ ਯਹਾਂ ਪੇ ਪਾਣੀ ਆਤਾ ਹੀ ਰਹਤਾ ਹੈ। ਦੇਖੀ ਜੀ, ਅਗਰ ਇਸ ਤਰ੍ਹਾਂ ਕੀ ਬਾਤੇਂ ਹੈ, ਅਗਰ ਅਲਰਟ ਨਹੀਂ ਹੋਤਾ ਤੋ ਹਮਾਰਾ ਯੇ ਸਿਸਟਮ ਇਨ ਪਲੇਸ ਹੀ ਨਹੀਂ ਹੋਤਾ, ਅਲਰਟ ਹੈ ਅਗਰ ਹਮ ਲੋਕ ਸੱਚੇ ਥੇ ਤਬੀ ਯੇ ਸਿਸਟਮ ਇਨ ਪਲੇਸ ਹੈ, ਕੋਸ਼ਿਸ਼ ਕਰੇਂਗੇ ਅਗਲੇ 2-2.5 ਘੰਟੇ ਮੇਂ ਲੋਕੋ ਕੋ ਸ਼ਿਫਟ ਕਰੇਂਗੇ। ਸਰ ਕੈਸੇ ਨਿਕਾਲੇਂਗੇ ਲੋਕੋ ਕੋ ਬਾਹਰ? ਲੋਕੋ ਕੋ ਟਰੈਕਟਰ ਟਰਾਲੀ ਮੰਗਵਾਈਏ ਜੀ, ਜ਼ਰੂਰਤ ਪੜੇਗੀ ਤੋ ਪੁਲਿਸ ਆਪਣੀ ਗਾੜੀ ਹੈ, ਹਮਾਰੀ ਗਾੜੀਆਂ ਹੈ, ਸਭ ਕੁਛ ਇਨਕੇ ਲਈ ਹੈ ਜੀ, ਇਨਹੀਂ ਕੇ ਲਈ ਹੈ ਸਰ। ਬੜੀ ਨਦੀ ਕਾ ਪਾਣੀ ਕਾ ਲੇਵਲ ਕਿਤਨਾ ਹੋ ਚੁੱਕਾ ਹੈ ਸਰ? ਅਭੀ ਜੋ ਹੈ ਡੇਂਜਰ ਮਾਰਕ ਸੇ ਦੋ ਹੈ, 2 ਫੁੱਟ ਨੀਚੇ, ਬਟ ਕੋਸ਼ਿਸ਼ ਇਹ ਕਰ ਰਹੇ ਜੀ ਅਗਰ ਜ਼ਿਆਦਾ ਜ਼ਿਆਦਾ ਬਾਰਿਸ਼ ਹੋਤੀ ਹੈ ਤੋ ਹਮੇਂ ਅਲਰਟਸ ਜਾਰੀ ਕਰਨੇ ਪੜੇਂਗੇ, ਬਟ ਮੇਰੀ ਆਪਸੇ ਇਤਨੀ ਸੀ ਰਿਕੁਐਸਟ ਹੈ, ਪੈਨਿਕ ਨਹੀਂ ਹੈ ਐਸਾ ਕੁਛ ਜੀ, ਜਿਤਨਾ ਲੋਕ ਆਪ ਪੈਨਿਕ ਨਹੀਂ ਕਰੇਂਗੇ ਉਤਨਾ ਜੋ ਹੈ ਠੀਕ ਸੇ ਜੋ ਹੈ ਕਾਮ ਨਿਕਲ ਜਾਏਗਾ, ਬਾਕੀ ਆਪ ਲੋਗੋ ਕੇ ਮਾਧਿਅਮ ਸੇ ਮੈਂ ਲੋਗੋ ਤੱਕ ਕੋਈ ਮੈਸੇਜ ਪਹੁੰਚਾਉਣਾ ਚਾਹਤਾ ਹੂੰ, ਇਸ ਵਕਤ ਕੋਈ ਪੈਨਿਕ ਵਾਲਾ ਜੋ ਹੈ ਇਸ਼ੂ ਨਹੀਂ। ਸਰ ਜੋ ਲੋਕ ਇਵੈਕੂਏਟ ਕੀਏ ਜਾ ਰਹੇ ਉਨਕੇ ਲਈ ਫੈਸਿਲਿਟੀਜ਼ ਕਹਾਂ ਕਹਾਂ ਪ੍ਰੋਵਾਈਡ ਕਰੀ ਜਾ ਰਹੀ ਹੈ? ਅਭੀ ਸਾਰਾ ਪਲਾਨ ਕਰ ਲਿਆ ਜੀ, ਪੈਲੇਸਿਸ ਹੈ, ਗੁਰਦੁਆਰਾ ਹੈ, ਪ੍ਰੇਮ ਬਾਗ ਪੈਲੇਸ ਹੈ, ਬਾਕੀ ਜੋ ਹੈ SDM ਸਾਹਿਬ ਇੱਕ ਵਾਰ ਆਪਕੋ ਬਰੀਫ ਕਰੇਂਗੇ। ਟੋਟਲ ਕਿੰਨੇ ਅੰਦਰ ਫੈਮਿਲੀਜ਼ ਹੈ? 250 ਫੈਮਿਲੀਜ਼, ਮੈਂ ਵਹੀ ਕਰੂੰ ਐਗਜ਼ੈਕਟ ਡੇਟਾ ਵੀ ਪਤਾ ਲੱਗੇਗਾ, 250 ਫੈਮਿਲੀਜ਼। ਹਿਮਾਚਲ ਪ੍ਰਦੇਸ਼ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਲਗਾਤਾਰ ਪੈ ਰਹੀ ਬਾਰਿਸ਼ ਨੇ ਪੰਜਾਬ 'ਚ ਹੜ੍ਹਾਂ ਦਾ ਖਤਰਾ ਪੈਦਾ ਕਰ ਦਿੱਤਾ। ਦਰਿਆਵਾਂ ਅਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਘੱਗਰ ਦਰਿਆ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ। ਘੱਗਰ ਦਰਿਆ 'ਚ ਸਰਾਲਾ ਹੈੱਡ 'ਤੇ 15 ਜੁਲਾਈ ਦੀ ਰਾਤ
ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਸੀ ਅਤੇ ਇੱਥੇ ਖਤਰੇ ਦਾ ਨਿਸ਼ਾਨ 16 ਫੁੱਟ ਹੈ। ਇਸ ਕਾਰਨ ਕਈ ਇਲਾਕਿਆਂ 'ਚ ਹੜ੍ਹ ਦਾ ਖਤਰਾ ਪੈਦਾ ਹੋ ਗਿਆ। ਪਟਿਆਲਾ ਤੋਂ ਹਰਕਮਲ ਬਾਜਵਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 92563।